हां जी सत श्री अकाल जी मेरे चैनल स्टडी बाय हरप्रीत वे तवाडा बहुत-बहुत स्वागत है दोस्तों जो डायरेक्टर शिक्षा प्रति डायरेक्टर पंजाब ਵੱਲੋਂ ਜੋ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਮਾਈਕਰੋਸਾਫਟ ਬਿਲਡਿੰਗ ਜੋ ਵੱਲੋਂ ਜੋ ਪੱਤੀਰਾ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਇਹ ਪੋਸਟ ਵਾਚਰ ਦਿ ਆਈ ਹੈ ਠੀਕ ਹੈ ਇਹ ਪੋਸਟ ਇਹ ਪੋਸਟ ਹੈ ਕਿਸੇ ਜੋ ਅੱਜ ਲਿਖਿਆ ਪੋਸਟ ਹੈ ਕਿਸੇ ਸਕੂਲ ਜੋ ਸਕੂਲ ਸਿੱਖਿਆ ਭਾਗ ਵਿੱਚ ਜੋ ਅਧੀਨ ਮਾਸਟਰ ਕਾਡਰ ਬਾਰਡਰ ਏਰੀਆ ਠੀਕ ਵਿੱਚ ਵੱਖ-ਵੱਖ ਵਿਸ਼ਿਆਂ ਦੀਆਂ ਬੈਕਲੌਗ ਅਤੇ ਨਵੀਆਂ ਸਾਮੀਆਂ ਨੂੰ ਪਰਣ ਲਈ ਜੋ ਉਮੀਦਵਾਰਾਂ ਪਾਸੋਂ ਜੋ ਵਿਭਾਗ ਦੀ ਵੈੱਬਸਾਈਟ ਆ ਵੈੱਬਸਾਈਟ ਤੇ ਠੀਕ ਹੈ ਆਨਲਾਈਨ ਦਰਖਾਸਤਾਂ ਦੀ ਮੰਗ ਕੀਤੀ ਲਾਸਟ ਡੇਟ ਦੀ ਗੱਲ ਕਰੀਏ ਤਾਂ 30 ਜਨਵਰੀ 2022 ਇਸ ਦੀ ਲਾਸਟ ਡੇਟ ਤੋਂ ਪਹਿਲਾਂ-ਪਹਿਲਾਂ ਤੁਸੀਂ ਅਪਲਾਈ ਕਰ ਲੈਣਾ ਠੀਕ ਹੈ ਤੁਹਾਨੂੰ ਮੈਂ ਸੂਚਿਤ ਕਰਨਾ ਚਾਹੁੰਦਾ ਕਿ ਲਾਸਟ ਡੇਟ ਬਹੁਤ ਹੀ ਨਜ਼ਦੀਕ ਆ ਗਈ ਠੀਕ ਜਿਨ੍ਹਾਂ ਨੇ ਤੱਕ ਫਾਰਮ ਨਹੀਂ ਭਰਿਆ ਜੋ ਫਾਰਮ ਭਰਨਾ ਚਾਹੁੰਦੇ ਨੇ ਉਹ ਭਰ ਸਕਦੇ ਨੇ ਫਾਰਮ ਤੇ ਆਹ ਵੇਖ ਲਓ ਸਾਮੀਆਂ ਦੀ ਵੰਡ ਦਿੱਤੀ ਹੈ ਇਹ ਪੋਸਟਾਂ ਵਗਰਾ ਮੈਂ ਆਤੀ ਪੋਸਟਾਂ ਦਿੱ ਇਸ ਸਾਰਾ ਨਾ ਜੋ ਪੀਡੀਐਫ ਹੈਗਾ ਮੈਂ ਟੈਲੀਗ੍ਰਾਮ ਗਰੁੱਪ ਵਿੱਚ ਪਾ ਦਾਂਗਾ ਤਾਂ ਉੱਥੇ ਵੇਖ ਲੈਣਾ ਤੁਸੀਂ ਜੋ ਵੀ ਸਾਰਾ ਕੁਝ ਠੀਕ ਆ ਇਹਨਾਂ ਦੀ ਕੁਆਲਿਫੀਕੇਸ਼ਨ ਹੈਗੀ ਜੋ ਤੁਹਾਨੂੰ ਮੈਂ ਦੱਸ ਤਾ ਨਾ ਜੋ ਵੀ ਇੱਕ ਪਹਿਲਾ ਮੈਥ ਜਾਂ ਵਿਸ਼ਾ ਮੈਥ ਵਾਸਤੇ ਜੋ ਕੁਆਲਿਫੀਕੇਸ਼ਨ ਰੱਖੀ ਗਈ ਹੈ ਗ੍ਰੈਜੂਏਸ਼ਨ ਕੀਤੀ ਹੈ ਤੁਸੀਂ 45% ਮਾਰਕਸ ਜਰਨਲ ਕੈਟਾਗਰੀ ਤੇ 44% ਮਾਰਕਸ ਹੈਗਨੈਸ ਸੀ ਐਸਟੀ OBC BC ਅਤੇ ਫਿਜ਼ੀਕਲ ਹੈਂਡੀਕੈਪ ਠੀਕ ਹੈ ਨਾ ਜੋ ਰੱਖੇਗਾ ਇਹਨਾਂ ਨੇ ਮਾਰਕਸ ਤੇ ਤੁਸੀਂ ਰੈਗਨਾਈਜ਼ਡ ਯੂਨੀਵਰਸਿਟੀ ਜਾਂ ਇਨਸਟੀਟਿਊਸ਼ਨ ਤੋਂ ਕੀਤੀ ਤੇ ਤੁਹਾਡੇ ਕੋਲ ਸ਼ੋਲਡ ਹੈ ਪਾਸਡ ਮੈਥੇਮੈਟਿਕਸ ਐਸ ਸਬਜੈਕਟ ਫਾਰ 3 ਸਾਲ ਆਫ ਗ੍ਰੈਜੂਏਸ਼ਨ ਠੀਕ ਹੈ ਇਹਦੇ ਵਿੱਚ ਕੀਤਾ ਹੋਣਾ ਚਾਹੀਦਾ ਪੜ੍ਹਿਆ ਹੋਣਾ ਚਾਹੀਦਾ ਤੁਹਾਡੇ ਕੋਲ ਹੋਣਾ ਚਾਹੀਦਾ ਮੈਥ ਮੈਥੇਮੈਟਿਕਸ ਜੋ ਸਬਜੈਕਟ ਹੋਣਾ ਚਾਹੀਦਾ ਠੀਕ ਗ੍ਰੈਜੂਏਸ਼ਨ ਬਾਕੀ ਆ ਸ਼ੋਲਡ ਹੈ ਪਾਸ ਵੀ ਬੀਐਡ ਵੀ ਪਾਸ ਹੋਣੀ ਚਾਹੀਦੀ ਰੈਗਨਾਈਜ਼ਡ ਜੀ ਯੂਨੀਵਰਸਿਟੀ ਜਾਂ ਇਨਸਟੀਟਿਊਸ਼ਨ ਵਿਦ ਮੈਥੇਮੈਟਿਕਸ ਐ 1 ਆਫ ਦਾ ਟੀਚਿੰਗ ਸਬਜੈਕਟ ਐਸ ਪਰ ਗਾਈਡਲਾਈਨਸ ਆਫ ਯੂਨੀਵਰਸਿਟੀ ਗ੍ਰੈਂਟਸ ਕਮਿਸ਼ਨ ਠੀਕ ਹੈ ਤੁਹਾਡੇ ਕੋਲ ਹੋਣਾ ਚਾਹੀਦਾ ਜੋ ਵੀ ਇਹਨਾਂ ਲਿਖਿਆ ਸਾਰਾ ਕੁਆਲੀਫਾਈਕੇਸ਼ਨ ਵੀ ਵੇਖ ਲੈਣੀ ਚੰਗੀ ਤਰ੍ਹਾਂ ਠੀਕ ਹੈ ਸਪੀਡਫ ਦਾ ਲਿੰਕ ਮੈਂ ਪਾ ਰਾਂਗਾ ਆਪਣੇ ਟੈਲੀਗ੍ਰam ਗਰੁੱਪ ਵਿੱਚ ਟੈਲੀਗ੍ਰam ਦਾ ਜੋ ਲਿੰਕ ਹੈ ਗਰੁੱਪ ਦਾ ਮੈਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਵਿੱਚ ਦੇ ਦਾਂਗਾ ਠੀਕ ਹੈ ਤਾਂ ਤੁਸੀਂ ਜੁਆਇਨ ਜ਼ਰੂਰ ਕਰ ਲੈਣਾ ਆਗਾ ਸਾਇੰਸ ਦੀ ਦਿੱਤੀ ਇਸ ਤਰ੍ਹਾਂ ਤੁਸੀਂ ਸਾਰੀਆਂ ਚੈੱਕ ਕਰ ਲਿਆ ਜੋ ਵੀ ਕੁਆਲੀਫਿਕੇਸ਼ਨ ਹੈਗੀ ਸਾਰਾ ਚੰਗਾ ਪੰਜਾਬੀ ਰ ਦਿੱਤਾ ਹੈ ਸਾਰੇ ਵਿੱਚ ਵਿਸ਼ੇ ਵਗੈਰਾ ਦਿੱਤੇ ਨੇ ਜੋ ਵੀ ਜਿਸ ਵੀ ਟੀਚਰ ਲਈ ਤੁਸੀਂ ਅਪਲਾਈ ਕਰਨਾ ਚਾਹੁੰਦੇ ਠੀਕ ਹੈ ਤੇ ਅੰਗਰੇਜ਼ੀ ਵਿਸ਼ੇ ਵਾਲਾ ਵੀਗਾ ਸਾਰੇ ਵੇਜ ਦਿੱਤੇ ਹੋਏ ਨੇ ਤੇ ਹੁਣ ਅਬ ਗੱਲ ਕਰਦੇ ਹਾਂ ਦੀ ਏਜ ਦੀ ਏਜ ਤੁਹਾਡੀ 1-1 2021 ਨੂੰ ਕਾਊਂਟ ਕੀਤੀ ਜਾਵੇਗੀ 18 ਤੋਂ ਲੈ ਕੇ 37 ਸਾਲ ਤੇ ਜੋ ਪੰਜਾਬ ਰਾਜ ਦੇ ਅਨੁਸੂਚਿਤ ਜਾਤੀ ਅਤੇ ਪਛੜੀ ਸ਼੍ਰੇਣੀ ਦੇ ਉਮੀਦਵਾਰਾਂ ਲਈ ਜੋ ਉੱਪਰਲੀ ਸੀਮਾ ਉਹਨਾਂ ਨੂੰ 5 ਸਾਲ ਦੀ ਛੂਟ ਹੋਵੇਗੀ ਪੰਜਾਬ ਹੋਰ ਰਾਜਾਂ ਤੇ ਕੇਂਦਰੀ ਸਰਕਾਰ ਦੇ ਕਰਮਚਾਰੀਆਂ ਲਈ ਜੋ ਉਮਰ ਦੀ ਉਪਰਲੀ ਸੀਮਾ ਜੋ 45 ਸਾਲ ਤੱਕ ਅਪਲਾਈ ਕਰ ਸਕਦੇ ਨੇ ਠੀਕ ਆ ਬਾਕੀ ਤੁਸੀਂ ਚੈੱਕ ਕਰ ਲੈਣਾ ਜੋ ਵੀ ਹੈਗਾ ਸ਼ੂਟ ਵਗੈਰਾ ਦਿੱਤੀ ਹੈ ਬਾਕੀ ਐਪਲੀਕੇਸ਼ਨ ਫੀਸ ਦੀ ਗੱਲ ਕਰੀਏ ਜਰਨਲ ਅਤੇ ਹੋਰ ਕੈਟਾਗਰੀ ਦੇ ਉਮੀਦਵਾਰ ਲਈ 1000 ਰੁਪਏ ਫੀਸ ਤੇ ਰਿਜ਼ਰਵ ਕੈਟਾਗਰੀ ਐਸਸੀਐਸਟੀ ਨੂੰ 500 ਰੁਪਏ ਤੇ ਅਸਾਫ ਕਾ ਸਿਆਣੀ ਖੁਦ ਨੂੰ ਕੋਈ ਨਹੀਂ ਫੀਸ ਬਾਕੀ ਇਹ ਸਾਰਾ ਮੈਂ ਪੀਡੀਫ ਪਾ ਦਾਂਗਾ ਆਪਣੇ ਟੈਲੀਗ੍ਰਾਮ ਗਰੁੱਪ ਵਿੱਚ ਤੇ ਇਸ ਨੂੰ ਚੰਗੀ ਤਰ੍ਹਾਂ ਤੁਸੀਂ ਪੜ੍ਹ ਲੈਣਾ ਜੋ ਵੀ ਸਾਰਾ ਕੋਈ ਇੰਟਰੈਕਸ਼ਨ ਵਗੈਰਾ ਦਿੱਤੀਆਂ ਇਹਨਾਂ ਬਾਦੂ ਵਿੱਚ ਪੋਸਟਾਂ ਵਗੈਰਾ ਦਿੱਤੀਆਂ ਇਹਨਾਂ ਲੱਗ ਲੱਗ ਜੋ ਵਿਸ਼ਿਆ ਦੀ ਜੋ ਟੀਚਰ ਵਗੈਰਾ ਜੋ 뮤ਜ਼ਿਕ 뮤זיਕ ਵਿਸ਼ਾ ਸਾਰੇ ਜੋ ਵੀ ਹੈਗੇ ਨੇ ਵਿੱਚ ਤੁਸੀਂ ਪੜ ਲੈਣਾ ਇੱਕ ਵਾਰੀ ਚੰਗੀ ਤਰ੍ਹਾਂ ਅਪਲਾਈ ਕਰਨ ਤੋਂ ਪਹਿਲਾਂ ਸਾਰੀ ਕੁਆਲਿਫੀਕੇਸ਼ਨ ਵੇਖ ਲੈਣਾ ਪੀਡੀਐਫ ਇੱਕ ਵਾਰੀ ਚੰਗੀ ਤਰ੍ਹਾਂ ਪੜ ਲੈਣਾ ਤੇ ਪੀੜੇ ਪਾ ਦਾਂਗਾ ਮੈਂ ਟੈਲੀਗ੍ਰਾਮ ਗਰੁੱਪ ਵਿੱਚ ਤਾਂ ਟੈਲੀਗ੍ਰਾਮ ਗਰੁੱਪ ਨੂੰ ਜ਼ਰੂਰ ਜੁਆਇਨ ਕਰ ਲੈਣਾ ਤਾਂ ਇਹ ਸਿਅੱਜ ਦੀ ਵੀਡੀਓ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਧੰਨਵਾਦ